ਕਿੰਨੇ ਬੂਥ ਨੇ ਟੋਟਲ ਔਰ ਕੀ ਪ੍ਰਬੰਧ ਕੀਤੇ ਗਏ? ਕਿ ਟੋਟਲ ਸਾਡੇ ਕੋਲ 201 ਬੂਥ ਨੇ, ਉਹਦੇ ਵਿੱਚੋਂ 24 ਕ੍ਰਿਟੀਕਲ ਨੇ, ਤੇ ਇਹਨਾਂ ਦੀ ਜਿਹੜੀ ਲੋਕੇਸ਼ਨਸ ਹੈ 6 ਲੋਕੇਸ਼ਨਸ ਹੈਗੀਆਂ ਨੇ। ਵਲਨਰੇਬਲ ਸਾਡੇ ਕੋਲ 62 ਨੇ, ਲੋਕੇਸ਼ਨਸ 33 ਬਣਦੀਆਂ ਨੇ। ਕਿੰਨੇ ਬੂਥ ਜਿਹੜੇ ਸੈਂਸਿਟਿਵ ਨੇ ਜਾਂ ਵੈਰੀ ਸੈਂਸਿਟਿਵ ਨੇ, ਉਹਦੇ ਕੀ ਪ੍ਰਬੰਧ ਕੀਤੇ ਗਏ? ਜਿਹੜੇ ਆਪਣੇ ਕ੍ਰਿਟੀਕਲ ਬੂਥ ਨੇ ਤੇ ਵਲਨਰੇਬਲ ਬੂਥ ਨੇ, ਉੱਥੇ ਸਾਡੀ ਇੱਕ ਕੰਪਲੀਟ ਸੈਕਸ਼ਨ ਆਫ ਪੁਲਿਸ ਫੋਰਸ ਰਹੇਗੀ। ਜਿਹੜੇ ਨਾਰਮਲ ਬੂਥਸ ਨੇ ਉੱਥੇ ਹਾਫ ਸੈਕਸ਼ਨ ਰਹੇਗਾ। ਅਦਰਵਾਈਜ਼ ਆਲਸੋ ਅਸੀਂ ਕਾਫੀ ਟਾਈਮ ਤੋਂ ਇੱਥੇ ਪੀਰੀਓਡਿਕ ਵਿਜ਼ਿਟਸ ਕਰ ਰਹੇ ਹਾਂ ਆਪਣੇ ਸੈਕਟਰ ਆਫੀਸਰਸ ਵਿਦ ਪੁਲਿਸ ਸੈਕਟਰ ਆਫੀਸਰਸ, ਲੋਕਾਂ ਨਾਲ ਮਿਲ ਕੇ ਗੱਲਬਾਤ ਕੀਤੀ ਜਾ ਰਹੀ ਹੈ, ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਿਸੇ ਵੀ ਇਨਫਲੂਐਂਸ, ਕਿਸੇ ਵੀ ਸ਼ਰਾਰਤੀ ਅਨਸਰ ਤੋਂ ਡਰਨ ਦੀ ਲੋੜ ਨਹੀਂ ਹੈਗੀ। ਅਪਾਰਟ ਫਰੋਮ ਦਿਸ, ਜਿਹੜੇ ਸਾਨੂੰ ਸ਼ਰਾਰਤੀ ਅਨਸਰ ਦਿਸਦੇ ਨੇ ਉਹਨਾਂ ਨੂੰ ਬਾਉਂਡ ਡਾਊਨ ਕਰ ਲਿੱਤਾ ਗਿਆ ਹੈ, ਉਹਨਾਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਦੇ ਅੰਦਰ ਕਵਰ ਕਰ ਲਿੱਤਾ ਗਿਆ। ਜੇ ਦੇਖਿਆ ਜਾਵੇ ਤਾਂ ਕਈ ਵਾਰ ਮਸ਼ੀਨਸ ਖਰਾਬ ਹੋ ਜਾਂਦੀਆਂ, ਵੋਟਿੰਗ ਲੇਟ ਹੋ ਜਾਂਦੀ, ਉਹਦੀ ਕੋਈ ਖਾਸ ਪ੍ਰਬੰਧ? ਜੀ, ਜਿਹੜੇ ਜਿੱਥੇ ਮਸ਼ੀਨ ਸਾਡੀਆਂ ਖਰਾਬ ਹੋਣਗੀਆਂ, ਅਸੀਂ ਆਪਣੇ ਸਾਡੇ ਜਿਹੜੇ ਸੈਕਟਰ ਅਫਸਰ ਨੇ ਉਹ ਵੈਲ ਇਕੁਇਪਡ ਨੇ, ਉਹਨਾਂ ਦੇ ਜਿਹੜੇ ਵਹੀਕਲਸ ਨੇ ਉਹ GPS ਇਨੇਬਲਡ ਵਹੀਕਲਸ ਨੇ, ਉਹਨਾਂ ਵਿੱਚ ਇੱਕ ਪੁਲਿਸ ਫੋਰਸ ਹੋਏਗੀ। ਅਪਾਰਟ ਫਰੋਮ ਦੈਟ, ਰਿਜ਼ਰਵ ਮਸ਼ੀਨਾਂ ਉਹਨਾਂ ਦੇ ਵਹੀਕਲ ਵਿੱਚ ਪ੍ਰੈਜ਼ੈਂਟ ਹੋਣਗੀਆਂ, ਸੋ ਦੈਟ ਇਨ ਜ਼ੀਰੋ ਰਿਸਪਾਂਸ ਟਾਈਮ ਦੇ ਕੈਨ ਰੀਚ ਦੀ ਪੋਲਿੰਗ ਸਟੇਸ਼ਨ ਐਂਡ ਉਹਨੂੰ ਰਿਪਲੇਸ ਕਰ ਸਕਣ। ਸੀਸੀਟੀਵੀ ਕਿੰਨੇ ਲੱਗੇ ਔਰ ਇਹਦਾ ਕੰਟਰੋਲ ਕਿਹਦੇ ਕੋਲ ਹੋਏਗਾ? 100% ਪੋਲਿੰਗ ਸਟੇਸ਼ਨਸ ਤੇ ਸਾਡੇ CCTV ਲੱਗੇ ਹੋਏ ਆ ਜੀ, ਵੈਬ ਕਾਸਟਿੰਗ ਚੱਲਦੀ ਪਈ ਹੈ, ਕੰਟਰੋਲ ਇਜ਼ ਇਨ ਦੀ RO ਆਫਿਸ, ਇਵਨ ਇਟ ਇਜ਼ ਬੀਂਗ ਮੋਨੀਟਰਡ ਐਟ ਦੀ ECI ਲੈਵਲ। ਬਿਲਕੁਲ ਬਿਲਕੁਲ ਜੀ, ਗਰਮੀ ਦਾ ਮੌਸਮ ਹੈਗਾ, ਇਹਦੇ ਨਾਲ ਅਸੀਂ ਸਪੈਸ਼ਲ ਅਰੇਂਜਮੈਂਟਸ ਕਰਵਾਏ ਹੋਏ ਆ, ਛਬੀਲਾਂ ਪ੍ਰੈਜ਼ੈਂਟ ਹੋਣਗੀਆਂ, ਮਿਡ ਡੇ ਮੀਲ ਵਰਕਰਸ ਨੂੰ ਅਸੀਂ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਕਿ ਉੱਥੇ ਲੱਸੀ, ਐਵਰੀਥਿੰਗ ਸ਼ੁਡ ਬੀ ਪ੍ਰੋਵਾਈਡਿਡ। ਅਪਾਰਟ ਫਰੋਮ ਦੈਟ, ਅਸੀਂ ਕੂਲਰ ਦੇ ਅਰੇਂਜਮੈਂਟਸ ਕਰਵਾਏ ਹੋਏ ਆ, ਵੈਟ ਵਾਈਪਸ ਰੱਖੀਆਂ ਗਈਆਂ, ਸੋ ਹੀਟ ਵੇਵ ਦਾ ਪੂਰਾ ਧਿਆਨ ਰੱਖਿਆ ਗਿਆ, ਟੈਂਟਿੰਗ ਹੈਜ਼ ਬੀਨ ਮੇਡ ਅਵੇਲੇਬਲ ਦੇਰ, ਸੋ ਇਸ ਚੀਜ਼ ਦਾ ਆਪਾਂ ਬਿਲਕੁਲ ਧਿਆਨ ਰੱਖਿਆ ਕਿ ਤੁਹਾਨੂੰ ਸਾਡੇ ਐਟਲੀਸਟ ਪੋਲਿੰਗ ਸਟਾਫ ਨੂੰ ਤੇ ਜਿਹੜੇ ਮੈਂਬਰਸ ਕਿਊ ਚ ਖੜੇ ਆ, ਪੱਖਿਆਂ ਦਾ ਅਰੇਂਜਮੈਂਟ ਹੋਵੇ। ਅਸੀਂ ਆਪ ਜਾ ਜਾ ਕੇ ਪੋਲਿੰਗ ਸਟੇਸ਼ਨਸ ਤੇ ਦੇਖਿਆ ਕਿ ਬੇਸਿਕ ਇਨਫਰਾਸਟ੍ਰਕਚਰ ਉੱਥੇ ਮਿਸਿੰਗ ਨਾ ਹੋਵੇ।